ਜਦ ਮਨ ਮੰਦਰ ਜਦ ਮਨ ਮੰਦਰ ਫਿਰ ਮੰਦਰ ਜੋੜੀ ਜਦ ਪੂਰਨ ਜੋਤ ਜਗਾਲੀ ਵਿਚਾਰ ਕਿਸੇ ਜਦ ਫੁੱਲ ਬਣ ਕੇ ਦੁਆ ਜਾਣੀ ਫਿਰ ਖਾਰ ਨੂੰ ਹੱਥ ਲਗਾਉਣਾ ਕੀ ਜਦ ਤੇਰੇ ਦੁਆਰੇ ਤੇ ਖੈਰ ਮੰਗੀ ਫਿਰ ਹੋਰ ਦੁਆਰੇ ਤੇ ਜਾਣ ਕੀ ਜਦੋਂ ਸ਼ਰਤ ਲਾਈਆਂ ਦੇ ਵਿੱਚ ਆ ਕੇ ਬਾਬਾ ਜੀ ਨੇ ਪਹਿਲੀ ਵਾਰ ਮਾਂ ਰਤਨੋ ਦੇ ਦੁਆਰੇ ਤੇ ਆ ਕੇ ਖੈਰ ਮੰਗੀ ਹੈ ਪਿਆਰੀ ਸਤਿ ਜੀ। ਬਾਬਾ ਜੀ ਨੇ ਜ਼ਿੰਦਗੀ ਚ ਇੱਕ ਵਾਰ ਹੀ ਖੈਰ ਮੰਗੀ ਹੈ ਕਿਉਂਕਿ ਮਾਂ ਰਤਨੋ ਦਾ ਕਰਜ਼ ਚੁਕਾਉਣ ਵਾਸਤੇ ਕਰਜ਼ੇ ਦਾ ਚੁਕਾਉਣ ਵਾਸਤੇ ਸ਼ਰਤ ਲਾਈਆਂ ਵਿੱਚ ਆਏ ਇਸ ਨਗਰੀ ਦੇ ਵਿੱਚ ਤਲਾਈਆਂ ਦੇ ਵਿੱਚ ਜਦੋਂ ਬਾਬਾ ਜੀ ਨੇ ਪੈਰ ਰੱਖਿਆ ਤੇ ਮਾਂ ਰਤਨੋ ਦੇ ਦੁਆਰੇ ਤੇ ਜਾ ਕੇ ਖੈਰ ਮੰਗਦੇ ਨੇ ਮਾਂ ਰਤਨੋ ਸੋਹਣਾ ਰੂਪ ਦੇਖ ਕੇ ਘਰ ਔਲਾਦ ਨਹੀਂ ਸੀ ਮਾਂ ਰਤਨੋ ਦੇ ਉਹਦਾ ਧਰਮ ਦਾ ਪੁੱਤਰ ਬਣ ਕੇ 12 ਸਾਲ ਸ਼ਰਤ ਲਾਈਆਂ ਵਿੱਚ ਮਾਂ ਰਤਨੋ ਦੀਆਂ ਗੱਲਾਂ ਚੱਲ ਰਹੀਆਂ ਪਿਆਰੀ ਸਤਿ ਜੀ ਆਪ ਨਾਮ ਜਪਿਆ ਤੇ ਸੰਤਾਂ ਨੂੰ ਜਪਾਇਆ 12 ਸਾਲ ਪੂਰੇ ਹੋਣ ਤੋਂ ਬਾਅਦ ਐਸਾ ਖੇਲ ਰਚਾਇਆ ਕਿ ਘਰ ਘਰ ਤੋਂ ਮਾਂ ਰਤਨੋ ਨੂੰ ਲਾਂਭੇ ਆਉਂਦੇ ਨੇ ਬਾਬਾ ਜੀ ਨੂੰ ਬੜਾ ਭਰਾ ਆਖਦੀ ਹੈ ਤੇ ਬਾਬਾ ਜੀ ਘਰ ਛੱਡ ਕੇ ਮਾਂ ਰਤਨੋ ਦੇ ਕੋਲੋਂ ਤੁਰ ਜਾਂਦੇ ਨੇ ਉਸ ਵੇਲੇ ਦੀ ਪੇਸ਼ ਹੈ ਸਾਡਾ ਹੋ